ਪਠਾਨਕੋਟ ਦੇ ਜ਼ਿਆਦਾਤਰ ਏਟੀਐਮ ਅੱਜ ਕੱਲ ਕੈਸ਼ ਦੀ ਕਮੀ ਦੇ ਨਾਲ ਜੂਝ ਰਹੇ ਨੇ ਸ਼ਹਿਰ ਦੇ ਮੇਨ ਬਾਜ਼ਾਰਾਂ ਤੇ ਵਿਅਸਤ ਇਲਾਕਿਆਂ ਵਿੱਚ ਲੱਗੇ ਏਟੀਐਮਸ ਦਾ ਵੀ ਇਹੋ ਹਾਲ ਹੈ ਇਸ ਸੰਬੰਧ ਵਿੱਚ ਜਦ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਲੋਕਾਂ ਨੂੰ ਇਸ ਦੇ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕੈਸ਼ ਨਾ ਮਿਲਣ ਦੇ ਕਾਰਨ ਨਿਰਾਸ਼ ਹੋ ਕੇ ਲੌਟ ਰਹੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਕਿਸੇ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਬੜੀ ਮੁਸ਼ਕਿਲ ਦੇ ਨਾਲ ਸਮਾਂ ਕੱਢ ਕੇ ਕੈਸ਼ ਨਿਕਲਵਾਉਣ ਦੇ ਲਈ ਆਇਆ ਸੀ ਪਰੰਤੂ ਹਰ ਜਗ੍ਹਾ ਤੇ ਇਹੀ ਹਾਲ ਹੈ ਲਾਈਸੀ ਜੀ ਜੌਬ ਕਰਦਾ ਆ ਸਿਕਿਉਰਿਟੀ ਗਾਰਡ ਦਾ ਕੰਮ ਹੈ ਮੇਰਾ ਤੇ ਮੈਂ ਪੇਮੈਂਟ ਦੇਣੀ ਹੈ ਕਿਸੇ ਨੂੰ ਪੇਮੈਂਟ ਦੇਣੀ ਸੀ ਸਮਾਨ ਮੈਂ ਲਿਆ ਸੀ ਤੇ ਕੱਲ੍ਹ ਦਾ ਮੈਂ ਮਤਲਬ ਘਰੇ ਕਰਨਾ ਸਾਰੇ ਏਟੀਐਮ ਮਤਲਬ ਸ਼ਹਿਰ ਦੇ ਸਾਰੇ ਏਟੀਐਮਾਂ 'ਚ ਮੈਂ ਘੁੰਮ ਲਿਆ ਮੈਂ ਬੜੀ ਜਗ੍ਹਾ 'ਤੇ ਆਇਆ ਅਤੇ ਮੈਨੂੰ ਹੁਣ ਇੱਥੇ ਆ ਕੇ ਲਾਸਟ ਮੈਂ ਏਟੀਐਮ ਇੱਧਰ ਕੋਸ਼ਿਸ਼ ਕੀਤੀ ਮੈਂ ਕਿਹਾ ਪਤਾ ਇੱਥੇ ਮੈਨੂੰ ਪੇਮੈਂਟ ਮਿਲ ਜਾਏਗੀ ਪੈਸੇ ਨਿਕਲ ਜਾਣਗੇ ਅਤੇ ਅੱਗੇ ਇੱਥੇ ਵੀ ਖਾਲੀ ਹੈ ਸਾਰੇ ਪਾਸੇ ਇਹੀ ਹਾਲ ਹੈ ਅਤੇ ਹੁਣ ਮੈਨੂੰ ਹਾਰ ਕੇ ਬੈਂਕ ਜਾਣਾ ਪਏਗਾ ਅਤੇ ਬੈਂਕ 'ਚ ਜਾ ਕੇ ਫਿਰ ਉੱਥੇ ਜਾ ਕੇ ਟਾਈਮ ਵੇਸਟ ਕਰੂੰਗਾ ਮੈਂ ਅਤੇ ਫਿਰ ਜਾ ਕੇ ਮੈਨੂੰ ਉੱਥੇ ਪੈਸੇ ਨਿਕਲਵਾਉਣ ਨੂੰ ਮਿਲਣਗੇ ਹੁਣ ਮੈਂ ਤੁਸੀਂ ਦੱਸੋ ਮੇਰੀ ਇਹੀ ਮੰਗ ਹੈ ਬੈਂਕ ਦੇ ਮਤਲਬ ਅੱਗੇ ਕਿ ਏਟੀਐਮ 'ਚ ਪੈਸੇ ਪਾਏ ਜਾਣ ਅਤੇ ਆਮ ਜਨਤਾ ਨੂੰ ਵੀ ਮਤਲਬ ਸਮੱਸਿਆ ਨਾ ਇਸ ਸੰਬੰਧ ਵਿੱਚ ਜਦ ਸਾਡੀ ਟੀਮ ਨੇ ਇੱਕ ਹੋਰ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਪਠਾਨਕੋਟ ਵਿੱਚ ਪਿਛਲੇ 2-3 ਦਿਨਾਂ ਤੋਂ ਲੋਕਾਂ ਨੂੰ ਕੈਸ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੈਂਕ ਨੂੰ ਚਾਹੀਦਾ ਹੈ ਕਿ ਜਦੋਂ ਆਪਣੇ ਗ੍ਰਾਹਕਾਂ ਕੋਲੋਂ ਏਟੀਐਮ ਤੇ ਦੂਜੀਆਂ ਸੁਵਿਧਾਵਾਂ ਦੇ ਲਈ ਪੈਸੇ ਲੈਂਦੀ ਹੈ ਤਾਂ ਉਹਨਾਂ ਨੂੰ ਸਹੀ ਸਰਵਿਸ ਦੇਣਾ ਵੀ ਉਹਨਾਂ ਦੀ ਡਿਊਟੀ ਬਣਦਾ ਹੈ ਇਸ ਦੇ ਲਈ ਬੈਂਕਾਂ ਨੂੰ ਗ੍ਰਾਹਕਾਂ ਦੀਆਂ ਹਰ ਅਸੁਵਿਧਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਜਿਸ ਦੇ ਚੱਲਦਿਆਂ ਉਹਨਾਂ ਨੂੰ ਇਸ ਸਮੱਸਿਆ ਨੂੰ ਤੁਰੰਤ ਸਹੀ ਕਰਨਾ ਚਾਹੀਦਾ ਹੈ ਪਠਾਨਕੋਟ ਇਲਾਕੇ ਦੇ ਵਿੱਚ ਪਿਛਲੇ 2-3 ਦਿਨ ਤੋਂ ਏਟੀਐਮ ਜਿੰਨੇ ਵੀ ਏਟੀਐਮ ਲੱਗੇ ਨੇ ਚਾਹੇ ਉਹ ਪ੍ਰਾਈਵੇਟ ਬੈਂਕ ਹੈ ਚਾਹੇ ਉਹ ਸਰਕਾਰੀ ਬੈਂਕ ਹੈ ਜਾਂ ਕੋਆਪਰੇਟਿਵ ਬੈਂਕ ਹੈ ਉਹਨਾਂ ਦੇ ਕਿਸੇ 99% ਦੇ ਵਿੱਚ ਜਿਹੜੇ ਆ ਉਹ ਪੈਸੇ ਜਿਹੜੇ ਆ ਉਹ ਨਹੀਂ ਹੈਗੇ ਆਮ ਪਬਲਿਕ ਜਿਹੜੀ ਕਿ ਪਿਛਲੇ ਸ਼ਨੀਵਾਰ ਨੂੰ ਛੁੱਟੀ ਰਹੀ ਹੈ ਐਤਵਾਰ ਵੀ ਛੁੱਟੀ ਰਹੀ ਹੈ 2-3 ਦਿਨ ਛੁੱਟੀ ਹੋਣ ਕਰਕੇ ਆਮ ਪਬਲਿਕ ਜਿਹੜੀ ਆ ਉਹ ਏਟੀਐਮ ਨੂੰ ਯੂਜ਼ ਕਰਦੀ ਪਈ ਸੀਗੀ ਜਿਹੜੀ 3 ਦਿਨ ਤੋਂ ਪੈਸੇ ਨਹੀਂ ਹੋਣ ਕਰਕੇ ਆਮ ਪਬਲਿਕ ਜਿਹੜਾ ਕੋਈ ਦਵਾਈ ਲੈਣ ਜਾਂਦਾ ਜਾਂ ਆਮ ਜਿਹੜਾ ਕੋਈ ਆਪਣਾ ਕਾਰੋਬਾਰ ਆਪਣਾ ਜਿਹੜਾ ਕੋਈ ਆਪਣਾ ਹੋਰ ਜਿਹੜਾ ਕੋਈ ਪੈਸੇ ਦਾ ਲੈਣ ਦੇਣ ਕਰਦਾ ਜਾਂ ਜ਼ਰੂਰੀ ਜਿਹਨੂੰ ਕਿਤੇ ਪੈਸੇ ਚਾਹੀਦੇ ਆ ਥੋੜ੍ਹੇ ਪੈਸੇ ਚਾਹੀਦੇ ਆ ਨਿਕਾਲਣ ਜਾਂਦਾ ਬੜੀ ਪਰੇਸ਼ਾਨੀ ਦਾ ਸਾਹਮਣਾ ਕਰ ਪਿਆ ਬੈਂਕ ਐਸੋਸੀਏਸ਼ਨ ਜਾਂ ਬੈਂਕ ਦੇ ਜਿੰਨੇ ਵੀ ਡਿਪਾਰਟਮੈਂਟ ਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਚਾਹੀਦਾ ਵੀ ਜਿਹੜੀ ਅਗਰ ਕੋਈ ਮੁਸ਼ਕਿਲਾਂ ਆ ਜਾਂਦੀ ਹੈ ਨੈੱਟ ਦੇ ਵਿੱਚ ਮੁਸ਼ਕਿਲਾਂ ਆ ਜਾਂਦੀ ਹੈ ਮੁਸ਼ਕਿਲਾਂ ਹੁੰਦਾ ਵੀ 1 ਜਾਂ 2 ਜਾਂ 3 ਘੰਟੇ ਵਾਸਤੇ ਚਲੋ ਇਹਨੂੰ ਤੁਸੀਂ ਸੋਲਵ ਕੀਤਾ ਜਾ ਸਕਦਾ ਪਰ 3-3, 4-4 ਦਿਨ ਅਗਰ ਇਸ ਤਰ੍ਹਾਂ ਚੱਲੇਗਾ ਆਮ ਪਬਲਿਕ ਹਰਾਸ ਹੁੰਦੀ ਹੈ ਔਰ ਪਬਲਿਕ ਨੂੰ ਪਬਲਿਕ ਦੀ ਸਰਵੇ ਜਿਹੜੀ ਸਰਵਿਸ ਜਿਹੜੀ ਆ ਉਹ ਸਹੀ ਹੋਵੇ ਇਸੇ ਚੀਜ਼ ਦੇ ਬੈਂਕ ਪੈਸੇ ਚਾਰਜ ਕਰਦਾ ਅਤੇ ਮੰਗ ਹੈਗੀ ਵੀ ਇਹਨੂੰ ਅਗਰ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਉਹਨੂੰ ਜਲਦੀ ਤੋਂ ਜਲਦੀ ਠੀਕ ਇਸ ਸੰਬੰਧ ਵਿੱਚ ਜਦ ਅਸੀਂ ਬੈਂਕ ਦੇ ਮੈਨੇਜਰ ਰਾਜੇਸ਼ ਮਹਾਜਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਸਮੱਸਿਆ ਦਾ ਪਤਾ ਹੀ ਨਹੀਂ ਸੀ ਤੇ ਉਹ ਜਲਦ ਹੀ ਜਿਨ੍ਹਾਂ ਏਟੀਐਮ ਦੇ ਵਿੱਚ ਕੈਸ਼ ਨਹੀਂ ਹੈ ਉਹਨਾਂ ਦਾ ਪਤਾ ਕਰਕੇ ਇਸ ਸਮੱਸਿਆ ਨੂੰ ਹੱਲ ਕਰਵਾ ਦੇਣਗੇ ਅੱਜ ਮੇਰੇ ਧਿਆਨ 'ਚ ਲਿਆਇਆ ਗਿਆ ਕਿ 3-4 ਏਟੀਐਮ ਜਿਹੜੇ ਡਲਹੌਜ਼ੀ ਰੋਡ 'ਤੇ ਨਹੀਂ ਚੱਲ ਰਹੇ ਉਹਨਾਂ ਦੇ ਰਿਗਾਰਡਿੰਗ ਮੈਂ ਨੋਟ ਕਰ ਲਏ ਹੈ ਉਹਨਾਂ ਦੀ ਕੁਛ ਟੈਕਨੀਕਲ ਸਮੱਸਿਆ ਜਿਸ ਤਰ੍ਹਾਂ ਮੈਂ ਪਤਾ ਕੀਤਾ ਔਰ ਕੋਸ਼ਿਸ਼ ਕਰਾਂਗੇ ਇੱਕ ਅੱਧੇ ਦਿਨ 'ਚ ਹੀ ਠੀਕ ਹੋ ਜਾਏਗੀ ਔਰ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਹਮੇਸ਼ਾ ਅਵੇਲੇਬਲ ਹਾਂ ਅਤੇ ਰਫਲੀ ਜੇ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ 225 ਦੇ ਕਰੀਬ ਏਟੀਐਮ ਆ ਉਹਨਾਂ ਜੇ 3-4 ਕੁਛ ਟੈਕਨੀਕਲ ਸਮੱਸਿਆ ਕਰਕੇ ਜੋ ਦੱਸਿਆ ਗਿਆ ਉਹ ਖਰਾਬ ਚੱਲ ਰਹੇ ਆ ਅਤੇ ਵੀ ਵਿਲ ਟਰਾਈ ਟੂ ਰਿਜ਼ੋਲਵ ਕਿ 1-2 ਦਿਨਾਂ 'ਚ ਹੀ ਠੀਕ ਹੋ ਜਾਣ ਜ਼ਾਹਿਰ ਜੀ ਗੱਲ ਹੈ ਕਿ ਡਿਜੀਟਲ ਇੰਡੀਆ ਦਾ ਸੁਪਨਾ ਦੇਖਣ ਵਾਲੇ ਦੇਸ਼ ਵਾਸੀਆਂ ਦੇ ਲਈ ਏਟੀਐਮਸ ਦਾ ਕੈਸ਼ਲੈਸ ਹੋਣਾ ਇੱਕ ਦੁਖਦਾਈ ਖਬਰ ਹੈ ਪਠਾਨਕੋਟ ਤੋਂ ਲਾਪ੍ਰਤ ਸਿੰਘ ਦੀ ਰਿਪੋਰਟ